ਆਪਣਾ ਸਫ਼ਰ ਹੈਗਾ ਉਹ ਆਪਣਾ ਹੈਗਾ ਹੇਮਕੁੰਟ ਸਾਹਿਬ ਦਾ, ਤੇ ਇਹ ਯਾਤਰਾ ਜਿਹੜੀ ਆਪਾਂ ਨੇ ਮਤਲਬ ਤੈਅ ਕਰਨੀ ਹੈਗੀ ਗੋਬਿੰਦਗੜ੍ਹ ਤੋਂ। ਹਾਂਜੀ, ਵੈਲਕਮ ਬੈਕ ਔਨ ਅਵਰ ਯੂਟਿਊਬ ਚੈਨਲ ਫਤਿਹ ਵਲੌਗ। ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਆਪਾਂ ਕਿਤੇ ਸਫ਼ਰ ਤੇ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਵਲੌਗ ਸਟਾਰਟ ਕਰਦੇ ਹਾਂ, ਪਰ ਅੱਜ ਰੀਜ਼ਨ ਘਰ ਤੋਂ ਵਲੌਗ ਸਟਾਰਟ ਕਰਨ ਦਾ ਇਹ ਹੈਗਾ ਲੜੀ ਵਾਰ ਲੜੀ ਦਿਖਾਵਾਂਗੇ ਸਾਰਾ ਕੁਝ। ਤੇ ਅੱਜ ਆਪਾਂ ਜਿਹੜਾ ਮਤਲਬ ਸਫ਼ਰ ਸੀ ਵੀ ਪਹਿਲੀ ਵਾਰ ਜਾ ਰਹੇ ਹਾਂ, ਜਿਹੜਾ ਆਪਣਾ ਸਫ਼ਰ ਹੈਗਾ ਉਹ ਆਪਣਾ ਹੈਗਾ ਹੇਮਕੁੰਟ ਸਾਹਿਬ ਦਾ, ਤੇ ਇਹ ਯਾਤਰਾ ਜਿਹੜੀ ਆਪਾਂ ਨੇ ਮਤਲਬ ਤੈਅ ਕਰਨੀ ਹੈਗੀ ਗੋਬਿੰਦਗੜ੍ਹ ਤੋਂ। ਤੇ ਜਿੱਦਾਂ ਜਿੱਦਾਂ ਜੋ ਵੀ ਹੋਊਗਾ, ਵੈਸੇ ਤਾਂ ਅਸੀਂ ਗੱਡੀ ਦੇ ਥਰੂ ਜਾ ਸਕਦੇ ਸੀਗੇ, ਇਹ ਨਹੀਂ ਹੈਗਾ ਕਿ ਅਫੋਰਡੇਬਲ ਨਹੀਂ, ਹਨਾ। ਪਰ ਕਈ ਵਾਰ ਨਾ ਹੁੰਦੇ ਨੇ, ਕਈ ਆਪਣੇ ਵਰਗੇ ਭੈਣ ਭਾਈ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਮਤਲਬ ਗੱਡੀ ਅਫੋਰਡ ਨਹੀਂ ਕਰ ਸਕਦੇ ਹੈਗੇ, ਉਹ ਇਹ ਸੋਚਦੇ ਨੇ ਕਿ ਅਸੀਂ ਪਤਾ ਨਹੀਂ ਖਰਚਾ ਅਫੋਰਡ ਕਰ ਪਾਵਾਂਗੇ, ਪਤਾ ਨਹੀਂ ਨਹੀਂ। ਸੋ ਉਹ ਸਾਰੀ ਜਾਣਕਾਰੀ ਅਸੀਂ ਆਪਾਂ ਤੁਹਾਡੇ ਨਾਲ ਸਾਰੀ ਸਾਂਝੀ ਕਰਦੇ ਜਾਵਾਂਗੇ ਕਿ ਕਿੰਨੇ ਰੁਪਏ ਦੀ ਟਿਕਟ ਕਿੱਥੇ ਤੋਂ ਕਿੱਥੇ ਤੱਕ ਦੀ ਲੱਗਦੀ ਹੈਗੀ, ਤੇ ਕਿੱਥੇ ਤੋਂ ਕਿੱਥੇ ਦੇ ਮਤਲਬ ਟਰੈਵਲਰ ਕਿਸ ਤਰ੍ਹਾਂ ਤੁਸੀਂ ਟਰੈਵਲਰ ਕਰ ਰਹੇ ਹੋ, ਸਾਰਾ ਕੁਝ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ। ਅਗਰ ਤੁਸੀਂ ਪਹਿਲੀ ਵਾਰੀ ਜਾ ਰਹੇ ਹੋਗੇ ਤਾਂ ਤੁਹਾਨੂੰ ਜ਼ਰੂਰ ਮਤਲਬ ਵਲੌਗ ਦੇਖ ਕੇ ਫਿਰ ਤੁਸੀਂ ਜਾਇਓ, ਵੈਸੇ ਤਾਂ ਅਸੀਂ ਪਹਿਲੀ ਵਾਰ ਜਾ ਰਹੇ, ਪਰ ਜਿਵੇਂ ਜਿਵੇਂ ਵੀ ਆਪਾਂ ਮਤਲਬ ਜਾਈ ਜਾਵਾਂਗੇ ਆਪਾਂ ਤੁਹਾਨੂੰ ਦੱਸੀ ਜਾਵਾਂਗੇ। ਪਰ ਤੁਸੀਂ ਕਿਤੇ ਨਹੀਂ ਜਾਣਾ ਹੈਗਾ ਕਿਉਂਕਿ ਲਿੰਕ ਟੁੱਟ ਗਿਆ ਫਿਰ ਔਖਾ ਹੋ ਜਾਊਗਾ, ਹਨਾ। ਸੋ ਤੁਸੀਂ ਕਿਤੇ ਨਹੀਂ ਜਾਣਾ, ਚੈਨਲ ਤੇ ਬਣੇ ਰਹਿਣਾ। ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਲਾਈਕ ਐਂਡ ਸ਼ੇਅਰ, ਅੱਗੇ ਜਿਹੜੀ ਵੀਡੀਓ ਅੱਗੇ ਕੰਮ ਆਉਣ ਵਾਲੀਆਂ ਨੇ, ਠੀਕ ਆ। ਤੇ ਬਾਕੀ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਕਿਉਂਕਿ ਧਾਰਮਿਕ ਸਥਾਨ ਹੈਗਾ, ਸੋ ਬਣਦਾ ਵੀ ਆ, ਹਨਾ। ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਚਲੋ ਫਿਰ। ਜ਼ਿਆਦਾ ਸਮਾਨ ਨਹੀਂ ਹੈ ਨਾ ਚੱਕਣਾ ਹੈਗਾ, ਦੋ ਬੈਗ ਚੱਕਣੇ ਨੇਗੇ, ਇਹਦੇ ਵਿੱਚੋਂ ਆਪਾਂ ਇੱਕ ਬੈਗ ਦੇ ਵਿੱਚ ਹੀ ਸਾਰਾ ਇਕੱਠਾ ਕਰ ਲੈਣਾ ਗਾ, ਇੱਕ ਆਪਾਂ ਗੱਡੀ ਘਰ ਦੇ ਵਿੱਚ ਜਮ੍ਹਾਂ ਕਰਨਾ, ਉਨਾ ਕੀ ਸਮਾਨ ਪਾਉਣਾ, ਜ਼ਿਆਦਾ ਨਹੀਂ ਪਾਉਣਾ ਹੈਗਾ, ਹਨਾ। ਨਹੀਂ ਤਾਂ ਫਿਰ ਅੱਗੇ ਜਾ ਕੇ ਸਫ਼ਰ ਚੌਖਾ ਹੁੰਦਾ, ਸੋ ਆਪਾਂ ਨੇ ਦੋ ਬੈਗ ਪੈਕ ਕਰ ਲੈਣੇਗੇ, ਮਤਲਬ ਦੋ ਦੋ ਜੋੜੇ ਕੱਪੜੇ ਨੇ ਜਿਹੜੇ ਉਹ ਪਾ ਲੈਣੇਗੇ ਵਿੱਚ, ਤੇ ਬਾਕੀ ਤੁਹਾਨੂੰ ਸਾਰਾ ਪਤਾ ਲੱਗਦਾ ਜਾਊਗਾ। ਤੇ ਹੁਣ ਆਪਾਂ ਚੱਲ ਜਾਵਾਂਗੇ, ਠੀਕ ਹੈ ਜੀ, ਟ੍ਰੇਨ ਵੱਲ ਨੂੰ ਆ ਜਾਓ। ਰਾਜਪੁਰਾ ਅੰਬਾਲਾ ਹੁਣ ਤਕਰੀਬਨ 8 ਵੱਜ ਚੁੱਕੇ ਨੇਗੇ, ਤੇ ਆਪਾਂ ਟ੍ਰੇਨ ਜਿਹੜੀ ਲੈਣੀ ਹੈਗੀ 8:54 ਦਾ ਟਾਈਮ ਆ, ਹਨਾ। ਤੇ ਹਜੇ ਤਾਂ ਟਿਕਟ ਲੈ ਕੇ ਆ ਰਹੇ ਨੇ ਬਿੰਦਰ ਹੋਣੀ, ਫਿਰ ਚੱਲਦੇ ਆਪਾਂ। ਤੇ ਆਪਣੀ ਟ੍ਰੇਨ ਆ ਚੁੱਕੀ ਹੈਗੀ, ਉਹ ਦੇਖੋ ਆਪਾਂ ਬੱਸ ਹੁਣ ਚੜ੍ਹਨ ਲਈ ਹੈਗਾ ਰੈਡੀ, 5 ਮਿੰਟ ਟ੍ਰੇਨ ਇੱਥੇ, ਤੇ ਫਿਰ ਚਲੋ ਜੰਮੂ। ਫੋਨ ਬਾਅਦ ਚ ਕਰ ਲਈ, ਇੱਥੇ ਆ ਫੋਨ। ਹੋਰ ਇੰਸਟਰਕਸ਼ਨ ਸਾਰੀਆਂ ਦੱਸ ਦੇ ਹੁਣ, ਬਾਏ ਬਾਏ। ਹੁਣ ਆਪਾਂ ਪਹੁੰਚ ਚੁੱਕੇ ਹਾਂ ਬਾਰਾ ਸਾਡੇ ਨਾਲ।
ਹਾਂਜੀ ਤੇ ਉਸ ਤੋਂ ਬਾਅਦ ਅਮੋ ਦੇ ਫਰੈਂਡ ਇੰਦਰ ਆ ਚੁੱਕੇ ਨੇਗੇ ਤੇ ਫਿਰ ਅਸੀਂ ਉਸ ਤੋਂ ਬਾਅਦ ਮਤਲਬ ਇੱਥੋਂ ਅੰਬਾਲੇ ਤੋਂ ਲਕਸ਼ਰ ਤੱਕ ਗਏ ਤੇ ਉਸ ਤੋਂ ਅੱਗੇ ਦਾ ਸਫ਼ਰ ਜਿਹੜਾ ਸੀਗਾ ਸਾਡਾ ਰਿਸ਼ੀਕੇਸ਼ ਦਾ ਸੀਗਾ ਤੇ ਫਿਰ ਪਰ ਉਹ ਟ੍ਰੇਨ ਮਿਸ ਹੋਣ ਕਾਰਨ ਮਤਲਬ 3 ਘੰਟਾ ਲੇਟ ਸੀਗੀ ਤੇ ਉਸ ਤੋਂ ਬਾਅਦ ਫਿਰ ਅਸੀਂ ਉੱਥੋਂ ਹੀ ਅੱਗੇ ਮਤਲਬ ਆਟੋ ਕਰਨਾ ਸਹੀ ਸਮਝਿਆ ਕਿਉਂਕਿ ਅਸੀਂ ਕਾਫੀ ਲੇਟ ਹੋ ਜਾਣਾ ਸੀਗਾ ਸੋ ਫਿਰ ਅਸੀਂ ਉੱਥੋਂ ਤੋਂ ਆਟੋ ਕੀਤਾ ਅਸੀਂ ਹਰਿਦੁਆਰ ਤੱਕ ਗਏ ਅਤੇ ਆਟੋ 'ਚ ਵੈਸੇ ਤਾਂ ਸਫ਼ਰ ਵਧੀਆ ਸੀ ਪਰ ਉਹ ਖੱਜਲ ਖੁਆਰੀ ਵਾਲਾ ਕੰਮ ਹੋ ਗਿਆ ਥੋੜ੍ਹਾ ਜਿਹਾ ਚਲੋ ਕੋਈ ਗੱਲ ਨਹੀਂ ਪਰ ਜਦੋਂ ਸਫ਼ਰ ਆਪਾਂ ਕਰਨਾ ਸ਼ੁਰੂ ਕਰ ਦਿੱਤਾ ਕੁਛ ਕੀਤਾ ਨਾ ਦੇਖਣ ਨੂੰ ਮਿਲ ਰਹੀ ਆ ਸੋ ਇਸ ਤੋਂ ਬਾਅਦ ਆਪਾਂ ਪਹੁੰਚੇ ਹੋਏ ਬੱਸ ਸਟੈਂਡ ਬੱਸ ਸਟੈਂਡ ਤੋਂ ਆਪਾਂ ਨੇ ਬੱਸ ਫੜੀ ਅਤੇ ਉੱਥੋਂ ਫਿਰ ਆਪਾਂ ਗਏ ਮਤਲਬ ਰਿਸ਼ੀਕੇਸ਼ ਗੁਰਦੁਆਰਾ ਕਿਉਂਕਿ ਉੱਥੇ ਤੁਹਾਨੂੰ ਪਤਾ ਹੋਣਾ ਕਿ ਪਾਸ ਬਣਨੇ ਹੈ ਨਾ ਕਹਿੰਦੇ ਨੇ ਕਿ ਉੱਥੇ ਪਾਸ ਬਣਨਗੇ ਪਹਿਲਾਂ ਫਿਰ ਤੁਹਾਨੂੰ ਮਤਲਬ ਜਾਂ ਅੱਗੇ ਜਾਣ ਜਿਹੜਾ ਸਫ਼ਰ ਕਰਨਾ ਪੈਣਾ ਸੋ ਉੱਥੇ ਮਤਲਬ ਪਹਿਲਾਂ ਅਸੀਂ ਜਦੋਂ ਰਿਸ਼ੀਕੇਸ਼ ਪਹੁੰਚੇ ਰਿਸ਼ੀਕੇਸ਼ ਪਹੁੰਚ ਕੇ ਫਿਰ ਅਸੀਂ ਗੁਰੂ ਘਰ ਪਹੁੰਚੇ ਹੈ ਨਾ ਜਿਹੜਾ ਆਪਣਾ ਹੇਮਕੁੰਟ ਸਾਹਿਬ ਦਾ ਗੁਰਦੁਆਰਾ ਬਣਿਆ ਹੋਇਆ ਨੀਚੇ ਤੁਸੀਂ ਉੱਥੇ ਨਾਈਟ ਵੀ ਸਟੇਅ ਕਰ ਸਕਦੇ ਹੋ ਅਗਰ ਤੁਸੀਂ ਮਤਲਬ ਰਾਤ ਦੇ ਟਾਈਮ ਪਹੁੰਚਦੇ ਹੋ ਤਾਂ ਪਰ ਅਸੀਂ ਰਾਤੋਂ ਰਾਤ ਰਿਸ਼ੀਕੇਸ਼ ਤੱਕ ਪੌਦਾ ਜਿਹੜਾ ਸਫ਼ਰ ਸੀਗਾ ਉਹ ਤੈਅ ਕਰ ਲਿਆ ਸੀਗਾ ਤੋ ਸਾਨੂੰ ਰਾਤ ਰਹਿਣਾ ਕੁਝ ਜ਼ਿਆਦਾ ਇਹ ਲੱਗਿਆ ਕਿ ਜ਼ਰੂਰੀ ਹੈ ਵਿੱਚ ਵਿੱਚ ਦੀ ਨੀਂਦ ਦੀ ਜਿਹੜੀ ਥੋੜ੍ਹੀ ਥੋੜ੍ਹੀ ਉਹ ਮਤਲਬ ਰਿਕਵਰੀ ਹੋਈ ਗਈ ਸੀਗੀ ਅਤੇ ਇੱਥੋਂ ਫਿਰ ਅਸੀਂ ਰਾਸਤਾ ਕਾਫੀ ਸੀਗਾ ਇੱਥੋਂ ਤੁਹਾਡੇ ਕੋਲ ਦੋ ਆਪਸ਼ਨ ਹੁੰਦੀਆਂ ਨੇਗੀਆਂ ਇੱਕ ਤਾਂ ਤੁਸੀਂ ਟਰੈਵਲਰ ਕਰ ਸਕਦੇ ਹੋ ਆਟੋ ਕਰ ਸਕਦੇ ਹੋ ਅਤੇ ਬੱਸ ਵੀ ਕਰ ਸਕਦੇ ਹੋ ਅਤੇ ਸਾਨੂੰ ਇਹ ਲੱਗਿਆ ਕਿ ਬੱਸ ਠੀਕ ਹੈਗੀ ਨਾ ਤਾਂ ਬੰਦਾ ਖੜਿਆ ਜਾਊਗਾ ਖੜਕੜ ਵੀ ਜਾਊਗਾ ਹੈ ਨਾ ਸੋ ਅਸੀਂ ਜਦੋਂ ਰਿਸ਼ੀਕੇਸ਼ ਪਹੁੰਚੇ ਤਾਂ ਉੱਥੇ ਬਹੁਤ ਸਾਰੇ ਦੇਖਣ ਜਿਹੜੇ ਜਿਹੜੇ ਸੀਗੇ ਧਾਮ ਮਿਲੇ ਬਹੁਤ ਸਾਰੇ ਮੰਦਰ ਬਣੇ ਹੋਏ ਸੀਗੇ ਹੈ ਨਾ ਆਹ ਪੈਟਰੋਲ ਪੰਪ ਆ ਇੱਥੇ ਵੀ ਦੇਖੋ ਮੂਰਤੀ ਬਣੀ ਹੋਈ ਸੀ ਅਤੇ ਲਾਸਟ ਜਿਹੜਾ ਆਪਣਾ ਟਾਰਗੇਟ ਸੀਗਾ ਸਭ ਤੋਂ ਪਹਿਲਾਂ ਮੇਨ ਜਿਹੜਾ ਸੀਗਾ ਹੇਮਕੁੰਟ ਸਾਹਿਬ ਗੁਰਦੁਆਰਾ ਹੈ ਨਾ ਅਤੇ ਅਸੀਂ ਇੱਥੇ ਪਹੁੰਚੇ ਇੱਥੇ ਅਸੀਂ ਪਾਸ ਬਣਾਏ ਲੰਗਰ ਛਕਿਆ ਚਾਹ ਪੀਤੀ ਫਰੈਸ਼ ਹੋ ਗਏ ਥੋੜ੍ਹਾ ਜਿਹਾ ਹੈ ਨਾ ਅਤੇ ਥੋੜ੍ਹੇ ਜਿਹੇ ਇਹ ਵੀ ਹੋ ਗਏ ਕਿ ਮਾਇੰਡ ਮੂਨ ਰਿਲੈਕਸ ਹੋ ਗਏ ਥੋੜ੍ਹਾ ਜਿਹਾ ਅਤੇ ਇੱਥੇ ਨਾ ਦੇਖਣ ਨੂੰ ਵੀ ਕਾਫੀ ਕੁਝ ਸੀਗਾ ਅਜੂਬਾ ਬਣਾਇਆ ਗਿਆ ਸੀਗਾ ਉਹ ਜ਼ਰੂਰ ਦੇਖੋ ਇਸ ਤਰ੍ਹਾਂ ਕਰਿਓ ਤੁਸੀਂ ਥੋੜ੍ਹੀ ਰੋਕੀ ਜਾਂਦਾ ਕਿਉਂਕਿ ਪਾਸ ਬਣਾਉਣੇ ਪੈਂਦੇ ਨੇ ਉੱਥੇ ਵੀ ਜਾ ਸਕਦੇ ਹਾਂ ਹਾਂ ਥੋੜ੍ਹੀ ਜਿਹੀ ਇਹਦੇ ਚੀਜ਼ 'ਚ ਖੱਜਲ ਖੁਆਰੀ ਜ਼ਰੂਰ ਹੁੰਦੀ ਹੈਗੀ ਜਦੋਂ ਪਾਸ ਬਣਾਉਣੇ ਹੈਗੇ ਕਿਉਂਕਿ ਉੱਥੇ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਗਾ ਨਾ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਤੁਹਾਨੂੰ ਮਿਲਣਗੀਆਂ ਹਾਲਾਂਕਿ ਅਸੀਂ ਜਲਦੀ ਹੀ ਪਹੁੰਚ ਗਏ ਸੀ ਪਰ ਉਸ ਟਾਈਮ ਤੱਕ ਤੁਸੀਂ ਲਾਈਨਾਂ ਦੇਖ ਰਹੇ ਹੋਵੋਗੇ ਸਾਨੂੰ ਇਹ ਪਤਾ ਹੀ ਨਹੀਂ ਸੀ ਹੈਗਾ ਕਿ ਇੱਥੇ ਕੀ ਚੀਜ਼ ਚੱਲ ਰਹੀ ਹੈਗੀ ਉਹ ਦੇਖੋ ਲਾਈਨਾਂ ਕਿੰਨੀਆਂ ਲੰਬੀਆਂ ਲੱਗੀਆਂ ਹੋਈਆਂ ਨੇ ਉੱਥੇ ਜਾਣ 'ਤੇ ਹੀ ਸਾਨੂੰ ਪਤਾ ਲੱਗਿਆ ਕਿ ਵੀ ਪਾਸ ਬਣਾ ਕੇ ਲੱਗ ਜਾਣੇ ਨੇ ਸੋ ਲੇਡੀਜ਼ ਵਾਲੀ ਜਿਹੜੀ ਲਾਈਨ ਸੀਗੀ ਉਹ ਛੋਟੀ ਸੀ ਮੇਰੇ ਜਾਣ ਦਾ ਇਹ ਜ਼ਰੂਰ ਫਾਇਦਾ ਹੋ ਗਿਆ ਇਹਨਾਂ ਨੂੰ ਕਿਉਂਕਿ ਲੇਡੀਜ਼ ਸਾਈਡ ਕੋਈ ਹੈ ਹੀ ਨਹੀਂ ਸੀ ਸੋ ਮੈਂ ਗਈ ਫਟਾਫਟ ਅਤੇ ਜਾ ਕੇ ਆਪਣੇ ਸਾਡੇ ਜਿਹੜੇ ਸੀਗੇ ਪਾਸ ਬਣਾਏ ਅਸੀਂ ਨੇ ਅਤੇ ਇੱਥੇ ਜਿਹੜਾ ਗੁਰਦੁਆਰਾ ਹੈਗਾ ਉਹ ਬਹੁਤ ਹੀ ਨਿਹਾਇਤ ਹੀ ਖੂਬਸੂਰਤ ਬਣਿਆ ਹੈਗਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਗੁਰਦੁਆਰਾ ਹੈਗਾ ਇਹ ਜਿਹੜਾ ਸਿੰਪਲ ਸੋਬਰ ਅਤੇ ਬੇ ਇੰਤਹਾ ਖੂਬਸੂਰਤ ਅਤੇ ਇੱਥੇ ਆ ਕੇ ਇੰਨੀ ਮਨ ਨੂੰ ਰਿਲੈਕਸੇਸ਼ਨ ਮਿਲੀ ਹੈ ਨਾ ਅਤੇ ਅਸੀਂ ਇੱਥੇ ਮੱਥਾ ਟੇਕ ਕੇ ਪ੍ਰਸ਼ਾਦ ਛੱਕ ਕੇ ਦੇਗ ਲੈ ਕੇ ਇੱਥੋਂ ਅਤੇ ਫਿਰ ਅਸੀਂ ਪ੍ਰਸ਼ਾਦੇ ਛੱਕੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਅੱਗੇ ਦਾ ਸਫ਼ਰ ਸੀਗਾ ਸਾਡੇ ਲਈ ਮਤਲਬ ਐਵੇਂ ਹੋ ਗਿਆ ਕਿ ਸਾਨੂੰ ਇੱਕ ਸੁਖਾਂਤ ਜਾਂ ਹੈ ਨਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਟਾਈਮ ਮਿਲ ਗਿਆ ਥੋੜ੍ਹਾ ਜਿਹਾ ਰਿਲੈਕਸ ਹੋ ਗਿਆ ਇੱਕ ਜਿਹੜਾ ਇੱਥੇ ਦਾ ਕੀਰਤਨ ਵੀ ਸੀ ਬਹੁਤ ਸੋਹਣਾ ਕੀਰਤਨ ਅਤੇ ਕੀਰਤਨ ਵੀ ਬਹੁਤ ਸੋਹਣੀ ਵਧੀਆ ਸੀ ਜਿੰਦਗੀ ਤੋਂ ਪਾਤਾ
ਅਤੇ ਹਾਂਜੀ ਫਿਰ ਆਪਾਂ ਇੱਥੋਂ ਮਤਲਬ ਗੁਰੂ ਘਰ ਦਾ ਲੰਗਰ ਪਾਣੀ ਛੱਕ ਕੇ ਚਾਹ ਛੱਕ ਕੇ ਅਤੇ ਇਸ ਤੋਂ ਬਾਅਦ ਆਪਾਂ ਜਿਹੜਾ ਸਫ਼ਰ ਜਿਹੜਾ ਸ਼ੁਰੂ ਕੀਤਾ ਗੁਰੂ ਘਰ ਦੇ ਬਾਹਰ ਆ ਗਏ ਅਤੇ ਇੱਥੋਂ ਅਸੀਂ ਨੇ ਟਰੈਵਲ ਕੀਤੀ। ਟਰੈਵਲ ਦੇ ਵਿੱਚ ਉਹ 10 ਬੰਦੇ ਮੈਕਸੀਮਮ ਲੈ ਕੇ ਜਾਂਦੇ ਨੇ ਅਤੇ ਕੋਸ਼ਿਸ਼ ਕਰਨਾ ਤੁਸੀਂ 7-8 ਬੰਦੇ ਜਾਇਓ ਅਤੇ ਵੈਸੇ ਆਪਣੀ ਮਰਜ਼ੀ ਨਾਲ ਹੀ ਪੂਰੇ ਕਰਕੇ ਬੰਦੇ ਵੀ ਬਿਠਾ ਕੇ ਲੈ ਕੇ ਜਾਂਦੇ ਨੇਗੇ। ਠੀਕ ਹੈ ਜੀ। ਅਤੇ ਇਹ ਜਿਹੜਾ ਆਪਣਾ ਸਫ਼ਰ ਸੀਗਾ ਘਰ ਤੋਂ ਲੈ ਕੇ ਜਿਹੜਾ ਆਪਣਾ ਗੁਰਦੁਆਰਾ ਹੇਮਕੁੰਟ ਸਾਹਿਬ ਰਿਸ਼ੀਕੇਸ਼ ਇੱਥੇ ਤੱਕ ਦਾ ਸੀਗਾ ਅਤੇ ਇੱਥੇ ਤੋਂ ਜਿਹੜਾ ਇਹ ਸਾਰਾ ਸਫ਼ਰ ਹੈਗਾ 8-9 ਘੰਟਿਆਂ ਦਾ ਹੁੰਦਾ ਗਾ, ਪਰ ਕਈ ਵਾਰ ਪਹਾੜੀ ਟੁੱਟ ਜਾਂਦੀ ਹੈਗੀ ਤਾਂ ਉਹਦੇ ਕਾਰਨ ਜਿਹੜਾ ਸਫ਼ਰ ਹੈਗਾ ਉਹ ਲੰਮਾ ਵੀ ਹੋ ਸਕਦਾ ਗਾ। ਸੋ ਨੈਕਸਟ ਜਿਹੜਾ ਆਪਣਾ ਵਲੋਗ ਰਹੂਗਾ ਉਹ ਗੁਰਦੁਆਰਾ ਹੇਮਕੁੰਟ ਸਾਹਿਬ ਰਿਸ਼ੀਕੇਸ਼ ਇੱਥੇ ਤੋਂ ਲੈ ਕੇ ਇਹਦਾ ਜਿਹੜਾ ਸਫ਼ਰ ਹੋਊਗਾ ਉਹ ਅੱਗੇ ਗੋਬਿੰਦ ਘਾਟ ਗੁਰਦੁਆਰੇ ਤੱਕ ਦਾ ਹੋਊਗਾ। ਠੀਕ ਹੈ ਜੀ। ਅਤੇ ਤੁਸੀਂ ਕਿਤੇ ਨਹੀਂ ਜਾਣਾ, ਚੈਨਲ 'ਤੇ ਬਣੇ ਰਹਿਣਾ, ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਜਿਹੜੇ ਚੈਨਲ 'ਤੇ ਪਹਿਲੀ ਵਾਰ ਨੇ, ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਲਾਈਕ ਦਾ ਬਟਨ ਦਬਾਉਣਾ ਨਾ ਭੁੱਲਣ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵਲੋਗ ਕਿਵੇਂ ਦਾ ਲੱਗਿਆ। ਠੀਕ ਹੈ ਜੀ। ਅਤੇ ਮਿਲਦੇ ਹਾਂ ਫਿਰ ਨੈਕਸਟ ਵਲੋਗ ਦੇ ਨਾਲ। ਤਦ ਤੱਕ ਲਈ ਰੱਬ ਰਾਖਾ, ਸਤਿ ਸ਼੍ਰੀ ਅਕਾਲ, ਧੰਨਵਾਦ। ਸੂਰਾ ਤੂੰ ਕਹੀਏ।
ਭੋਗ ਨਿਮੈ।